ਅਸਲਾਮੁਅਲੈਕਮ ਸਾਰੇ ਭਰਾਵਾਂ ਨੂੰ ਤੇ ਜਨਾਬ ਅੱਜ ਤੁਹਾਡੇ ਬਾਸ ਮੈਂ ਲੈ ਕੇ ਆਇਆ ਵਾ ਵਾਇਰਲੈਸ ਮਾਈਕ ਠੀਕ ਹੈ ਨਾ ਤੇ ਅਸੀਂ ਵੇਖਿਆ ਹੈਗਾ ਜਿੰਨੇ ਵੀ ਆ ਵੱਡ ਯੂਟਿਊਬਰ ਨੇ ਜਾਂ ਵਲੌਗਰ ਨੇ ਤੁਸੀਂ ਵੇਖਿਆ ਹੈਗਾ ਉਹਨਾ ਸੋਨਾ ਜਾਂ ਛੋਟਾ ਜਿਹਾ ਇੱਕ ਮਾਈਕ ਜਿਹੜਾ ਨਾ ਇੱਥੇ ਕਾਲਰ ਦੇ ਕੋਲ ਕਰਕੇ ਲਾਇਆ ਹੁੰਦਾ ਪੱਟੀ ਦੇ ਉੱਤੇ ਤੇ ਉਹ ਇੰਟਰਵਿਊ ਕਰ ਰਹੇ ਹੁੰਦੇ ਨੇ ਪਿਆਰ ਲੱਗਦਾ ਤੇ ਆ ਕੰਪਨੀ ਕਿਸੇ ਮੁਤਾਰਫ ਦੀ ਮੁਹਤਾਜ ਕੋ ਨਹੀਂ ਆਇਗੀ ਠੀਕ ਹੈ ਨਾ ਤੇ ਤੁਹਾਨੂੰ ਮੈਂ ਵਿਖਾਉਣਾ ਇਹ ਦੇ ਵਿੱਚ ਕੀ ਕੀ ਉਹਨਾਂ ਨੇ ਦਿੱਤਾ ਹੈ ਬੋਸ ਤੇ ਨਾਲੇ ਦੀ ਕੀਮਤ ਇਹਨੂੰ ਦੱਸਣਾ ਤੇ ਪਾਕਿਸਤਾਨ 'ਚ ਦੀ ਕੀਮਤ ਕੀ ਏ ਕੋਈ ਛੋਟਾ ਮੋਟਾ ਬਜਰਾ ਯੂਟਿਊਬਰ ਜਿਹਨਾਂ ਨੇ ਸ਼ੁਰੂ ਕਰਨਾ ਹੈ ਗਰੀਬ ਘਰ ਦਾ ਹੋਵੇ ਤੇ ਪਹਿਲਾਂ ਖਰੀਦ ਨਹੀਂ ਸਕਦਾ ਇਹ ਚੀਜ਼ਾਂ ਜਿੱਡੀਆਂ ਪਾਕਿਸਤਾਨ 'ਚ ਨਾ ਮੰਗਾਈ ਕੀਤੀ ਲੇਕਿਨ ਇਹ ਗੱਡੀਆਂ ਜਿਹੜੀਆਂ ਸਸਤੀਆਂ 'ਚ ਆਣਾ ਚ ਉਹ ਮੈਂ ਤੁਹਾਨੂੰ ਦੱਸਣਾ ਤੇ ਉੱਥੋਂ ਜਾ ਕੇ ਉੱਥੋਂ ਸਾਨੂੰ ਗੱਡੀਆਂ ਮਹਿੰਗੀਆਂ ਮਿਲਦੀਆਂ ਇਹ ਤੁਸੀਂ ਮੈਨੂੰ ਦੱਸ ਦਿਓ ਠੀਕ ਹੈ ਤੇ ਬੋਸ ਇੱਕ ਇਹਦੇ ਵਿੱਚ ਮਾਈਕ ਤੇ ਇੱਕ ਇਹਦੇ ਵਿੱਚ ਰੀਸੀਵਰ ਹੈ ਇਹ ਦੋ ਦੋ ਉਹ ਵੀ ਵਾਲਾ ਹੁੰਦਾ ਲੇਕਿਨ ਇਹਨੂੰ ਚਲਾਉਣ ਦਾ ਸਾਰਾ ਤਰੀਕਾ ਲੇਕਿਨ ਮੇਰੇ ਵਾਲੇ 'ਚ ਮਜ਼ੇਦ ਦੀ ਗੱਲ ਹੈ ਜਿਹੜਾ ਮੈਂ ਹ ਇਹਦੇ ਵਿੱਚ ਬਿਲੂਤੁਥ ਵੀ ਹੈ ਇਹ ਬਿਲੂਤੁਥ ਨਾਲ ਸਿੱਧਾ ਅਟੈਚ ਹੋ ਜਾਂਦਾ ਬੱਸ ਇਹਦੇ ਇਹ ਹੈਗਾ ਇੱਕ ਰਿਸਿਵਰ ਤੇ ਇੱਕ ਜਿਹੜਾ ਮਾਈਕ ਹੈ ਲੇਕਿਨ ਇਹ ਦੋਵੇਂ ਮਾਈਕ ਦਾ ਕੰਮ ਵੀ ਕਰਦੇ ਨੇ ਠੀਕ ਹੈ ਨਾ ਅਗਰ ਤੁਸੀਂ ਇੱਕ ਨੂੰ ਯੂਜ਼ ਕਰਨਾ ਤੇ ਇੱਕ ਨੂੰ ਤੁਸੀਂ ਇੱਕ ਨੂੰ ਵਿੱਚ ਇੱਥੇ ਪਿੰਨ ਲਾ ਕੇ ਤੇ ਕੈਮਰੇ ਨਾਲ ਯੂਜ਼ ਕਰਕੇ ਰਿਸਿਵਰ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਤੁਸੀਂ ਮੋਬਾਈਲ ਨਾਲ ਕਰਨਾ ਤੈਨੂੰ ਬਿਲੂਤੁਥ ਨਾਲ ਕਰਨਾ ਤੇ ਇਹਦੇ ਨੂੰ ਤੁਸੀਂ ਹੈਂਡ ਫਰੀਆਂ ਨਾਲ ਦਿੱਤੀਆਂ ਉਹਨਾਂ ਨਾਲ ਸਾਨੂੰ ਦੇਖੋ ਨਾ ਹੈਂਡ ਫਰੀਆਂ ਮੇ ਨਾਲ ਦਿੱਤੀਆਂ ਤੁਸੀਂ ਇਹਦੇ ਨਾਲ ਲਾ ਕੇ ਬਲੂਟੂਥ ਨਾਲ ਕਨੈਕਟ ਏ ਠੀਕ ਹੈ ਤੁਸੀਂ ਇਹਨਾਂ ਨਾਲ ਲਾ ਕੇ ਤੇ ਮਤਲਬ ਬਲੂਟੂਥ ਤੋਂ ਗਾਣਾ ਜਾਂ ਵੀਡੀਓ ਜੋ ਵੀ ਲੱਗੀ ਤੁਸੀਂ ਵੇਖ ਸਕਦੇ ਹੋ ਆਇ ਇੱਕ ਸਾਨੂੰ ਨਾਲ ਦਿੱਤੀ ਨਾਲ ਵਾਹ 2 ਇਨ 1 ਹੈ ਇੱਕੋ ਵਾਰੀ ਲਾਓ ਤੇ ਦੋਵਾਂ ਨੂੰ ਇਕੱਠੇ ਚਾਰਜਰ ਤੇ ਲਾ ਦਿਓ ਹੈ ਮਜ਼ਾ ਨਹੀਂ ਆ ਗਿਆ ਤੇ ਆ ਸਾਨੂੰ ਨਾਲ ਦਿੱਤੀ ਕੈਮਰੇ ਵਾਸਤੇ ਕਿਸੇ ਤੁਸੀਂ ਕੈਮਰੇ ਨੂੰ ਕਮਰੇ ਨੂੰ ਲਾਉਣੀਆਂ ਜਾਂ ਕਿਸੇ ਹੋਰ ਚੀਜ਼ ਨੂੰ ਤੁਸੀਂ ਲਾਉਣੀਆਂ ਤੇ ਲਾਣੀਆਂ ਆ ਮਤਲਬ ਇੱਕ ਰਿਸਿਵਰ ਤੁਸੀਂ ਨਾਲ ਕਨੈਕਟ ਕਰਕੇ ਇੱਕ ਮਾਈਕ ਯੂਜ਼ ਕਰ ਸਕਦੇ ਹੋ ਅਗਰ ਤੁਸੀਂ ਮੋਬਾਈਲ ਨਾਲ ਯੂਜ਼ ਕਰਨਾ ਹੈ ਐਂਡ ਆ ਬਲੂਟੂਥ ਓਨ ਕਰੋ ਠੀਕ ਆ ਆ ਦੇਖੋ ਆ ਔਨ ਹੋ ਗਿਆ ਬਲੂਟੂਥ ਦੇ ਤੇ ਔਨ ਕਰੋ ਤੇ ਇਹਨੂੰ ਮੋਬਾਈਲ ਨਾਲ ਕਨੈਕਟ ਕਰ ਲਓ ਮੋਬਾਈਲ ਨਾਲ ਕਨੈਕਟ ਕਰਨ ਤੋਂ ਬਾਅਦ ਮਾਈਕ ਓਪਨ ਕਰੋ ਮਾਈਕ ਮਾਈਕ ਇਹਦਾ ਆਟੋਮੈਟਿਕ ਹੋ ਜਾਏਗਾ ਦੋਵੇਂ ਇੱਕ ਦੂਜੇ ਨਾਲ ਕਨੈਕਟ ਹੋ ਜਾਣਗੇ ਠੀਕ ਹੈ ਇਹਨਾਂ ਨੂੰ ਕਰੋ ਤੇ ਚਲਾਓ ਵੇਖੋ ਕਿੱਡਾ ਇਹਦਾ ਫਿਚਰ ਤੇ ਜਿਹੜਾ ਤੁਹਾਨੂੰ ਪਾਕਿਸਤਾਨ 'ਚ ਮਿਲਣਗੇ ਉਹ ਰਾਡੋ ਦਾ ਜਾਂ ਹੋਰਾਂ ਪਰਾਂ ਜਿਹੜੇ ਵੀ ਨੇ ਸਸਤੇ ਵੀ ਨੇ 5 5 6 6 ਹਜ਼ਾਰ ਵਾਲੇ ਵੀ ਹੈ ਨੇ ਲੇਕਿਨ ਉਹਨਾਂ 'ਚ ਇਹ ਫਿਚਰ ਨਹੀਂ ਹੈਗੇ ਠੀਕ ਹੈ ਨਾ ਇਹਦੇ 'ਚ ਦੇਖੋ ਵਾਈਫਾਈ ਇੱਕ ਦੂਜੇ ਨਾਲ ਅਟੈਚ ਹੋ ਜਾਣਾ ਇਹਨਾਂ ਨੇ ਮਾਈਕਾ ਤੁਸੀਂ ਮਿਊਜ਼ਿਕ ਵਾਲਾ ਵੀ ਇੱਥੇ ਹੈਗਾ ਫਿਰ ਉਸਲਾ ਸਭ ਤੋਂ ਮਜ਼ੇਦ ਦੀ ਗੱਲ ਆ ਇਹਦੇ ਵਿੱਚ ਆਪਣਾ ਸਾਊਂਡ ਸਿਸਟਮ ਹੈਗਾ ਮਤਲਬ ਤੁਸੀਂ ਜੇ ਬੋਲਦੇ ਹੋ ਤੇ ਆਵਾਜ਼ ਦੋ ਦੋ ਤਿੰਨ ਵਾਰੀ ਗੂੰਜ-ਗੂੰਜ ਆਉਂਦੀ ਜਿਵੇਂ ਸਾਊਂਡ ਸਿਸਟਮ ਉਹ ਵੀ ਇੱਥੇ ਹੈਗਾ ਇਹਨੂੰ ਤੁਸੀਂ ਆਪਣੇ ਕਿਤੇ ਵੀ ਰੀਸੀਵਰ ਨੂੰ ਲਾ ਕੇ ਇਸ ਕੈਮਰੇ ਨਾਲ ਕਮੈਂਟਰੀ ਕਰਨਾ ਚਾਹੁੰਦੇ ਹੋ ਤੇ ਇਹ ਪੂਰਾ ਸਾਊਂਡ ਸਿਸਟਮ ਵਾਂਗੂ ਤੁਹਾਨੂੰ ਆਵਾਜ਼ ਦੇਵੇਗਾ ਮਾਈਕ ਕਿਸੇ ਵੀ ਸਪੀਕਰ ਨਾਲ ਇਹਨੂੰ ਅਟੈਚ ਕਰਕੇ ਮਾਈਕ ਨੂੰ ਬੋਲੋ ਤੇ ਪੂਰਾ ਤੁਹਾਨੂੰ ਲੁਤਫ ਦੇਗਾ ਪੂਰਾ ਦਾ ਸਾਊਂਡ ਸਿਸਟਮ ਆਪਣਾ ਹੀ ਐ ਇੰਨੀ ਕੁ ਚੀਜ਼ ਦੇ ਵਿੱਚ ਤਬ ਉਸ ਤੇ ਇਹਦੀ ਕੀਮਤ ਦੀ ਗੱਲ ਕਰ ਲਈ ਤੇ ਕੀਮਤ ਇਹਦੀ ਪਾਕਿਸਤਾਨੀ ਸਿਰਫ 1200 ਰੁਪਇਆ 1200 ਰੁਪਇਆ ਵੀ ਨਹੀਂ ਹੈਗੀ ਤਕਰੀਬਨ 900 ਰੁਪਇਆ ਹਾਂ 900 ਰੁਪਇਆ ਦੇਖੋ ਹੁਣ ਉਹਦੇ ਤੇ ਆ ਗਿਆ ਮੈਂ ਇਹਨੂੰ ਬੰਦ ਕਰਨ ਲਈ ਲੇਕਿਨ ਮੂਡ ਤੇ ਚਲਾ ਗਿਆ ਲੇਕਿਨ ਇਹਨੂੰ ਮੈਂ ਟਰਨ ਆਫ ਕਰਨਾ ਤੇ ਬਹੁਤ ਤੇ ਇਹਦੀ ਕੀਮਤ ਵੀ ਇੰਨੀ ਕਿਉਂ ਨਹੀਂ ਆ ਗਈ ਲੇਕਿਨ ਪਾਕਿਸਤਾਨ ਦੇ ਵਿੱਚ ਜਿਹੜੀਆਂ ਚੀਜ਼ਾਂ ਜਾਂਦੀਆਂ ਬਿਲਕੁਲ ਲੋ ਕੁਆਲਿਟੀ ਜਾਂਦੀਆਂ ਤੇ ਕੀਮਤ ਉਹਨਾਂ ਦੇ ਇਦਾਂ ਮੰਗਦੇ ਨੇ ਜਿਵੇਂ ਅਮਰੀਕਾ ਦੇ ਬ੍ਰਾਂਡ ਹੁੰਦੇ ਨੇ ਜਾਂ ਬਹੁਤ ਹੀ ਇਹਨਾਂ ਨੇ ਨਾ ਕਿ ਤੂੰ ਹੁਣ ਮੈਂ ਕੀ ਕਰਾਂ ਇਹਨਾਂ ਨੂੰ ਚਾਨਨ ਤੋਂ ਚੀਜ਼ਾਂ ਲੈ ਆਂਦੀਆਂ ਨੇ ਬਣਵਾ ਕੇ ਤੇ ਟੈਕਨੋਲੋਜੀ ਪਾਕਿਸਤਾਨ 'ਚ ਜਾਂਦੀ ਹੈ ਲੇਕਿਨ ਇਹ ਏਡੀ ਮਹਿੰਗੀ ਹੋ ਜਾਂਦੀ ਹੈ ਅਮੀਰ ਤੋਂ ਇਲਾਵਾ ਗਰੀਬੰਦਾਂ ਦਾ ਖਰੀਦ ਨਹੀਂ ਸਕਦਾ ਲੇਕਿਨ ਚਾਈਨਾ ਦੇ ਵਿੱਚ ਹਰ ਇੱਕ ਮੜਦ ਮਾੜੇ ਬੰਦੇ ਕੋਲ ਟੈਕਨੋਲੋਜੀ ਹੈ ਕਿਉਂਕਿ ਇੱਥੇ ਸਸਤੀ ਬਹੁਤ ਆ ਬਹੁਤ ਸਹਿੰਗੀ ਨਹੀਂ ਹੈਗੀ ਇੱਥੇ ਇਹਨਾਂ ਦੇ ਦਸਾਂ ਯੁਵਾਨਾਂ ਦੀ 12 ਯੁਵਾਨਾਂ ਦੀ ਚੀਜ਼ ਆ ਤੇ ਉਹਨਾਂ ਨੂੰ ਕਾਦੀ ਮਹਿੰਗੀ ਆ ਠੀਕ ਹੈ ਨਾ ਤੇ ਜਿੰਨੀ ਮਰਜ਼ੀ ਕੁਆਲਿਟੀ ਵਧਾ ਲਓ ਲੇਕਿਨ ਵੀ ਅੱਛੀ ਕੁਆਲਿਟੀ ਤੇ ਮੈਂ ਕੀਤੇ ਆ ਤੇ ਪਾਕਿਸਤਾਨੀ ਇਹ 900 ਰੁਪਏ ਦੇ ਤੇ ਬੋਸ ਉਹ ਮੈਂ ਤੁਸੀਂ ਦੱਸੋ ਜਿਹੜਾ ਕੋਈ ਵਿਚਾਰਾ ਨਵਾਂ ਯੂਟਿਊਬਰ ਬਣਨ ਲੱਗੇਗਾ ਇਹ ਆ ਵਲੋਗਰ ਬਣੇਗਾ ਇਹ ਕੋਈ ਵੀ ਉਹ ਕੰਮ ਸ਼ੁਰੂ ਕਰਦਾ ਤੇ ਦੇਖੋ ਇਹ ਚੀਜ਼ ਉਹ ਖਰੀਦਣ ਜਾਏਗਾ ਉਹਨਾਂ ਨੂੰ ਮਾਰਕੀਟ ਵਿੱਚ ਜਿਹੜੀ ਲੋ ਕੁਆਲਿਟੀ ਘਟੀਆ ਜਿਹੜੀ ਮੇਡ ਇਨ ਪਾਕਿਸਤਾਨ ਹੀ ਹੋਣੀ ਹੈ ਨਾ ਉਹ ਇਹਨੂੰ ਮਿਲਣੀ ਹੈ 5-6000 ਤੋਂ ਥੱਲੇ ਨਹੀਂ ਮਿਲਣੀ ਤੇ ਜਿਹੜੀ ਚਾਈਨਾ ਚੋਂ ਇੰਪੋਰਟ ਹੋਈ ਹੋਣੀ ਇੱਥੋਂ ਚਾਈਨਾ ਦੀ ਘਟੀਆ ਤਰੀਂ ਚੀਜ਼ ਉਹਨੂੰ 50-30000 ਤੋਂ ਥੱਲੇ ਨਹੀਂ ਮਿਲਣੀ ਹੈਗੀ ਤੇ ਉਹ ਚਾ ਫਿਊਚਰ ਵੀ ਨਹੀਂ ਹੋਣੇ ਹੈਗੇ ਠੀਕ ਹੈ ਨਾ ਬਿੱਲੂ ਤਤਨਾ ਉਦਾਂ ਨੂੰ ਕਿਸੇ ਮੋਬਾਈਲ ਨਾਲ ਕਨੈਕਟ ਇੱਕ ਰਸੀਵਰ ਤੁਹਾਨੂੰ ਮੋਬਾਈਲ ਨਾਲ ਕਨੈਕਟ ਕਰਨਾ ਪਏਗਾ ਫਿਰ ਚੱਲਣਾ ਪਏਗਾ ਲੇਕਿਨ ਇਹ ਜਿਹੜਾ ਨਾ ਉਦਾਂ ਹੀ ਚੱਲੇਗਾ ਤੁਸੀਂ ਮਤਲਬ ਇਹ ਨੂੰ ਵੀਰਤ ਨਾਲ ਅਟੈਚ ਕਰਕੇ ਤੇ ਦੋਵੇਂ ਮਾਈਕਾਂ ਦਾ ਤੋਂ ਕੰਮ ਲੈ ਸਕਦੇ ਹੋ ਲੇਕਿਨ ਪਾਕਿਸਤਾਨ ਦੇ ਵਿੱਚ ਤੇ ਹਰ ਬੰਦਾ ਹੀ ਬਸ ਮਰਨਾ ਭੁੱਲਿਆ ਬਸ ਕਮਾਉਣ ਦਾ ਪਿਆ ਹੈ ਬਹੁਤ ਸਾਰੇ ਤੇ ਚੀਜ਼ਾਂ ਬਹੁਤ ਸਸਤੀਆਂ ਨੇ ਬਸ ਸਾਡੇ ਜਿੰਨੇ ਤਾਜਰ ਹਜ਼ਰਾਤ ਨੇ ਸਾਰੇ ਅੰਨੀ ਭਾਈ ਖਲੋਤੇ ਨੇ ਤੇ کاروبار ਨੇ ਉਹਨਾਂ ਦੇ ਭਾਈ ਉਹਨਾਂ ਚਮਕਾਏ ਕਰੋ ਤੇ ਮੈਂ ਉਹਨਾਂ ਨੂੰ ਇਹ ਹੀ ਕਹਾਂਗਾ ਬਹੁਤ ਸਾਰੀ ਟੈਕਨੋਲੋਜੀ ਇਥੋਂ ਲੈ ਜਾਂਦੇ ਹੋਣਾ ਪਾਕਿਸਤਾਨ 'ਚ ਤੇ ਉਹ ਗਰੀਬ ਦੇ ਹੱਥ ਵੀ ਪਹੁੰਚੇ ਤੇ ਉਹਨੂੰ ਇਸ ਹਿਸਾਬ ਨਾਲ ਰੱਖੋ ਤੁਸੀਂ ਐਵੇਂ ਹਰ ਗੱਲ 'ਚ ਡਾਲਰ ਮਹਿੰਗਾ ਕਰ ਡਾਲਰ ਕਿ ਤੇ ਚੈਨਾ ਵਾਸਤੇ ਡਾਲਰ ਨਹੀਂ ਮਹਿੰਗਾ ਹੋਇਆ ਯਾਰ ਤੇ ਇੱਥੇ ਪਾਕਿਸਤਾਨੀ ਇੰਨੀ ਕੀਮਤ ਬਣੰਦੀ ਬਹੁਤ ਸਗਰ ਤੋਂ ਇਥੋਂ 900 ਦਾ ਲੈ ਰਹੇ ਆਂ ਅੱਛੀ ਕੁਆਲਿਟੀ ਅਗਰ ਘਟਿਆ ਜਿਹੜਾ ਤੁਸੀਂ ਲੈ ਰਹੇ ਹੋ ਤੇ 300 400 ਦਾ ਪਿਆ ਰਿਹਾ ਤੁਹਾਨੂੰ ਠੀਕ ਹੈ ਅਗਰ ਤੁਸੀਂ ਅੱਛੀ ਕੁਆਲਿਟੀ ਦਾ ਲੈ ਕੇ ਜਾ ਰਹੇ ਹੋ ਪਾਕਿਸਤਾਨ ਠੀਕ ਹੈ ਜਿਹੜਾ ਤੁਹਾਨੂੰ ਲਾ ਤੁਸੀਂ ਬਹੁਤ ਹੀ ਅੱਛੀ ਭਾਈ ਲੈ ਜਾਂਦੇ ਹੋ ਤੁਹਾਨੂੰ 2000 ਦਾ ਪੈ ਰਿਹਾ ਤੁਸੀਂ ਉਹ 4000 ਦਾ ਦੇ ਲੋ ਤੇਰਾ 1000 ਕਰਿਆ ਚਲ 1000 ਬਚਾ ਦੇ ਲੋ ਅਜੇ ਤੁਸੀਂ 900 ਦਾ ਲੈ ਰਹੇ ਆ ਤੇਰਾ ਉਹਦਾ ਨੋ ਖਰਚਾ ਪਿਆ ਰਿਆ ਚਲ ਇਹ ਤਾਂ 500 ਦਾ ਵੇਚ ਲਾ 900 1800 ਉੱਤੇ ਤੂੰ ਕਰਾਇਆ ਪਾਲਾ ਬਚਤ ਲੈਣੀ ਤੂੰ ਪਾਈ 500 ਦਾ 600 ਰੁਪਿਆ 700 ਰੁਪਿਆ 1000 ਬਚਲਾ 3000 ਤੱਕ ਲੇਕਿਨ ਕੱਟ ਕੇ ਤਰੀਨ ਚੀਜ਼ ਖਾੜ ਕੇ ਤੁਸੀਂ 5 500 6 600 ਦੀ ਜਿਹੜੀ ਪਾਕਿਸਤਾਨ ਦੀ ਮੇਡ ਹੁੰਦੀ ਉਹ ਤੋਂ ਲੋਗੋ ਲਾ ਕੇ ਚਾਈਨਾ ਦਾ ਤੇ ਵੇਚਦੇ ਆਂਦੇ ਚਾਈਨਾ ਦੀ ਚੀਜ਼ੇ ਵਕਤ ਨਹੀਂ ਕਿ ਚਾਈਨਾ ਦੀ ਚੀਜ਼ਾਂ ਐਡੀਆਂ ਮਜ਼ਬੂਤ ਨਹੀਂ ਛੱਡ ਦਗਲਾਂ ਦੇ ਤੇ ਨਿੱਕੀਆਂ ਨਿੱਕੀਆਂ ਸਾਈਕਲੀਆਂ ਉੱਤੇ ਦੋ ਦੋ ਛੋਟੇ ਬੈਗ ਜਾਰ ਹੁੰਦੇ ਲੋਕਾਂ ਦਾ ਚਾਈਨਾ ਦੀਆਂ ਚੀਜ਼ਾਂ ਮਜ਼ਬੂਤ ਨਹੀਂ ਚਾਈਨਾ ਤੇ ਬਾਕੀ ਚੀਜ਼ਾਂ ਬਹੁਤ ਮਜ਼ਬੂਤ ਹੁੰਦੀਆਂ ਤੇ ਬਾਕੀ ਕਮੈਂਟ ਚ ਦੱਸਿਓ ਕਿ ਐਸਾ ਲੱਗਾ ਤੁਹਾਨੂੰ ਤੇ ਬਹੁਤ ਤੇ ਬਾਕੀ ਮੈਨੂੰ ਤੇ ਯਾਰੀ ਚੀਜ਼ ਬਹੁਤ ਅੱਛੀ ਲੱਗੀ ਆ ਤੇ ਬਾਕੀ ਯਾਰ ਮੈਂ ਤੇ ਇਹੀ ਕਹਾਂਗਾ ਟੈਕਨੋਲੋਜੀਾਂ ਦੇ ਉੱਤੇ ਬੜੀਆਂ ਨੇ ਹੁਣ ਸਿੱਖਿਵੇਂ ਮੈਂ ਇਹੀ ਕਹਾਂਗਾ ਯਾਰ ਤੂੰ ਉਹਨਾਂ ਕੋ ਨਫਾ ਲੈ ਕੇ ਜਿੰਨਾ ਤਰਾ ਲਿਸਕ ਹੈ ਹਲਾਲ ਚਲੇ ਬਹੁਤਾ ਕਮਾ ਕੇ ਕਿੱਥੇ ਜਾਣਾ ਦੇਗ ਮਰ ਜਾਣਾ ਪਿਛੜਿਆਂ ਵਾਸਤੇ ਤੇ ਉਸ ਹੱਬ ਤੁਹਾਨੂੰ ਹੀ ਦੇਣਾ ਪੈਣਾ ਤੇ ਯਾਰ ਟੈਕਨੋਲੋਜੀ ਜੇ ਪਾਕਿਸਤਾਨ ਜਾਂਦੀ ਤੇ ਹਰ ਇਨਸਾਨ ਦੀ ਪਹੁੰਚ ਤੱਕ ਤੇ ਹੋਵੇ ਤੇ ਬਾਕੀ ਯਾਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਮੈਨੂੰ ਦੱਸਿਓ